बोलो हे यहोवा, मैं तेरी ही शरण आया हाँ, मैनू कदे लज्जावान ना होण दे, अपने धर्म नाल मेरा छुटकारा कर ते मैनू छुड़ा, मेरे वल कन्न धर ते मैनू बचा। आमेन आमेन आमेन। याद रखियो जेड़ा मनुख भी यहोवा परमेश्वर जी दी शरण विच आउंदा है ਉਹ ਕਦੇ ਵੀ ਸ਼ਰਮਿੰਦਾ ਨਹੀਂ ਹੁੰਦਾ। ਹਾਲੇਲੂਇਆ। ਵਚਨ ਚ ਲਿਖਿਆ ਸ਼ਰਮਿੰਦੇ ਉਹ ਹੋਣਗੇ ਜਿਹੜੇ ਮੱਲੋ ਮੱਲੀ ਤੇਰੇ ਨਾਲ ਵੈਰ ਰੱਖਦੇ ਆ। ਹਾਲੇਲੂਇਆ। ਪਰ ਜਿਹੜੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਆ, ਵਚਨ ਦੇ ਵਿੱਚ ਲਿਖਿਆ ਉਹਨਾਂ ਦੇ ਚਿਹਰੇ ਉਜਵਲ ਹੋ ਜਾਣਗੇ। ਹਾਲੇਲੂਇਆ। ਤਾਂ ਅਗਰ ਤੁਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਆ ਤੇ ਤੁਹਾਡੇ ਚਿਹਰੇ ਰੋਸ਼ਨ ਹੋਣ ਜਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ, ਤੁਹਾਡੇ ਚਿਹਰੇ ਚਮਕਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਪਰ ਜਿਹੜੇ ਤੁਹਾਡੇ ਨਾਲ ਵੈਰ ਰੱਖਣਗੇ ਸ਼ਰਮਿੰਦੇ ਉਹ ਹੋਣਗੇ। ਆਮੇਨ। ਸੋ ਇਹ ਜੋ ਤੁਸੀਂ ਬੋਲਿਆ ਆ ਇਹ ਜ਼ਬੂਰ 71 ਉਹਦੀ ਪਹਿਲੀ ਤੇ ਦੂਜੀ ਆਇਤ ਆ ਜੋ ਆਪਾਂ ਬੋਲਿਆ ਨਾ ਤੁਸੀਂ ਮੇਰੇ ਪਿੱਛੇ, ਹੇ ਯਹੋਵਾ ਮੈਂ ਤੇਰੀ ਸ਼ਰਨ ਆਇਆ ਹਾਂ। ਤਾਂ ਐਵਰੀ ਡੇ ਇਸ ਵਰਡ ਨੂੰ ਤੁਸੀਂ ਬੋਲਣਾ ਆ, ਐਵਰੀ ਮਾਰਨਿੰਗ ਤੁਸੀਂ ਇਸ ਵਰਡ ਨੂੰ ਬੋਲਣਾ, ਹਰ ਰੋਜ਼ ਹਰ ਸਵੇਰੇ ਤੁਸੀਂ ਇਹ ਸ਼ਬਦ ਜਿਹੜੇ ਆ ਇਹ ਬੋਲਣੇ ਆ। ਜ਼ਬੂਰ 71 ਨੰਬਰ ਉਹਦੀ ਪਹਿਲੀ ਤੇ ਦੂਜੀ ਆਇਤ, ਹੇ ਯਹੋਵਾ ਮੈਂ ਤੇਰੀ ਹੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇ, ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਅਤੇ ਮੈਨੂੰ ਛੁੜਾ, ਮੇਰੇ ਵੱਲ